राम नाम से सारा आलम, राम नाम से सारा आलम झूम रहा है, राम नाम से सारा आलम झूम रहा है, मेरा मन भी आज अयोध्या घूम रहा है। श्री राम। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਇਨਵੀਟੇਸ਼ਨ ਮਿਲਿਆ, ਔਰ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੋਈ ਕਿ ਫਿਜ਼ੀਕਲੀ ਘਰ ਆ ਕੇ ਮੈਨੂੰ ਇਨਵੀਟੇਸ਼ਨ ਜਿਹੜੇ ਰਾਮ ਮੰਦਿਰ ਦੇ ਪ੍ਰਬੰਧਕਾਂ ਦੇ ਵਿੱਚੋਂ, ਉੱਥੋਂ ਜਿਨ੍ਹਾਂ ਦੀ ਡਿਊਟੀ ਲੱਗੀ ਸੀ, ਘਰ ਆ ਕੇ ਇਨਵੀਟੇਸ਼ਨ ਦੇ ਕੇ ਗਏ। ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਚੋਣ ਕਿਉਂ ਹੋਈ? ਮਤਲਬ ਤੁਸੀਂ ਇਕਲੌਤੇ ਸੀ ਪੰਜਾਬ ਦੇ ਵਿੱਚੋਂ, ਤੁਹਾਨੂੰ ਕਿਉਂ ਚੋਣ ਹੋਈ? ਮੈਂ ਪੰਜਾਬ 'ਚੋਂ ਇਕੱਲੀ ਔਰਤ ਸੀ, ਇਕੱਲੀ ਫੀਮੇਲ ਸੀ ਜਿਹੜੀ ਉੱਥੇ ਗਈ, ਪਰ ਮੈਨੂੰ ਨਹੀਂ ਸੀ ਪਤਾ ਵੀ ਮੈਨੂੰ ਬੁਲਾਇਆ ਜਾਊਗਾ, ਮੈਨੂੰ ਇਕੱਲੀ ਨੂੰ ਕਿਉਂ ਬੁਲਾਇਆ ਜਾਊਗਾ। ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 3000 ਤੋਂ ਵੱਧ ਵਾਰੀ ਰਾਮ 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 ਲਿਖਿਆ ਹੋਇਆ। ਅਸੀਂ ਇੱਕ ਨੰਬਰ ਬਲੌਕ ਦੇ ਵਿੱਚ ਸਾਰੇ ਸੈਲੀਬ੍ਰਿਟੀਜ਼ ਸੀ, ਕਿਉਂਕਿ ਮੈਂ ਅਮਿਤਾਭ ਬੱਚਨ ਦੀ ਵੀ ਫੈਨ, ਮੈਂ ਫਿਲਮਾਂ ਦੇਖਦੀ ਰਹਿੰਦੀ, ਬੰਦਾ ਲੰਮੀ ਰੇਸ ਦਾ ਘੋੜਾ ਉਹ ਆਪਾਂ ਕਹਿ ਸਕਦੇ ਅਤੇ ਹੇਮਾ ਮਾਲਨੀ ਵੀ ਹੈਗੀ ਸੀ ਉੱਥੇ, ਮਤਲਬ ਸਚਿਨ ਤੰਦੂਲਕਰ, ਸਾਰੇ ਅਨੂਪਮ ਖੇਰ, ਅਸੀਂ ਇਕੱਠੇ ਸੀ, ਵੀ ਵਰ ਟੂਗੈਦਰ ਇਨ ਵਨ ਬਲੌਕ। SGPC 'ਚ ਸਾਡੇ ਧਾਰਮਿਕ ਸਥਾਨਾਂ 'ਤੇ ਮੈਂ ਵੀ ਸਿੱਖ ਧਰਮ ਨੂੰ ਬਿਲੋਂਗ ਕਰਦੀ ਹਾਂ, ਮੈਂ ਰਿਸਪੈਕਟ ਕਰਦੀ ਹਾਂ ਆਪਣੇ ਸਿੱਖ ਧਰਮ ਦੇ ਵਿੱਚ, ਲੰਗਰ ਵੀ ਲਾਉਂਦੇ, ਬੜੇ ਵਧੀਆ ਕੰਮ ਵੀ ਹੋ ਰਹੇ ਨੇ, ਬਟ ਜਿਹੜੀ ਰਿਜਿਡਨੈਸ ਆ ਨਾ ਇਹਨਾਂ ਦੀ ਧਰਮ ਦੇ ਪ੍ਰਤੀ, ਆਪਾਂ ਉੱਥੇ ਹੀ ਪੈਦਾ ਹੋਏ ਹਾਂ ਸਾਰੇ, ਆਪਾਂ ਇੱਕ ਹਾਂ, ਵੀ ਆਰ ਵਨ, ਹਿੰਦੂ ਮੁਸਲਿਮ ਸਿੱਖ ਇਸਾਈ ਇਸਲਾਮਿਕ, ਵੀ ਆਲ ਆਰ ਵਨ। ਕੋਈ ਧਾਰਮਿਕ ਅੜਿੱਕਾ ਤਾਂ ਹੈ ਨਹੀਂਗਾ, ਧਾਰਮਿਕ ਅੜਿੱਕਾ ਕੋਈ ਵੀ ਨਹੀਂ, ਕਿਤੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੱਸ ਦਿਓ ਕਿੱਥੇ ਲਿਖਿਆ ਵੀ ਬੰਦੇ ਸਿਰਫ ਬੰਦੇ ਕੀਰਤਨ ਕਰ ਸਕਦੇ, ਔਰਤਾਂ ਨਹੀਂ ਕਰ ਸਕਦੀਆਂ, ਜਾਂ ਉੱਥੇ ਇਹ ਲਿਖਿਆ ਵੀ ਆਹੀ ਰਾਗੀ ਕਰ ਸਕਦੇ, ਆਹ ਰਾਗ ਜਿਹਨਾਂ ਨੂੰ ਆਉਂਦੇ ਹੋਣ, ਕੋਈ ਕੁਆਲੀਫਿਕੇਸ਼ਨ ਤਾਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਨਾ ਲਿਖੀ ਵੀ ਆਹ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਰਾਗੀ, ਇਹ ਤਾਂ ਆਪ ਬਣਾਈ ਹੈ, ਆਪੇ ਆਪਦਾ ਕੰਸਟੀਟਿਊਸ਼ਨ ਬਣਾਈ ਫਿਰਦੇ, ਆਪੇ ਆਪਦਾ ਸੰਵਿਧਾਨ ਬਣਾਈ ਫਿਰਦੇ, ਸੈਲਫ ਮੇਡ ਆ ਸਾਰਾ ਕੁਛ। ਅਯੋਧਿਆ 'ਚ ਰਾਮ ਮੰਦਿਰ ਵਿਖੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਮੌਕੇ ਇੱਕ ਵੱਡਾ ਸਮਾਗਮ ਰੱਖਿਆ ਗਿਆ, ਔਰ ਉਸ ਸਮਾਗਮ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਖਾਸ ਮਹਿਮਾਨ ਬੁਲਾਏ ਗਏ, ਪੰਜਾਬ ਦੇ ਵਿੱਚੋਂ ਵੀ ਕਈ ਵੱਡੇ ਚਿਹਰੇ ਉੱਥੇ ਪਹੁੰਚੇ, ਔਰ ਉਹਨਾਂ ਦੇ ਵਿੱਚੋਂ ਇੱਕ ਖਾਸ ਨਾਮ, ਕਿਉਂਕਿ ਉਹ ਨਾਮ ਇਸ ਲਈ ਖਾਸ ਸੀ ਕਿ ਇੱਕੋ ਇੱਕ ਮਹਿਲਾ ਜਿਹੜੀ ਉੱਥੇ ਪਹੁੰਚਦੀ ਹੈ, ਜਿਸ ਨੂੰ ਇਹ ਸੱਦਾ ਪੱਤਰ ਇਹ ਮਾਣ ਦਿੱਤਾ ਜਾਂਦਾ, ਸੁੱਖੀ ਬਰਾੜ ਪੰਜਾਬ ਦੀ ਲੋਕ ਗਾਇਕੀ ਦੇ ਵਿੱਚ ਇੱਕ ਵੱਡਾ ਨਾਮ ਹੈ, ਔਰ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਨ ਦੇ ਲਈ, ਪੰਜਾਬ ਦੇ ਕਲਚਰ ਨੂੰ ਉੱਚਾ ਚੁੱਕਣ ਦੇ ਲਈ ਇੱਕ ਵੱਡੇ ਯੋਗਦਾਨ ਦੇਣ ਵਾਲਿਆਂ ਦੇ ਨਾਮ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ, ਔਰ ਸਾਬਕਾ ਮੁੱਖ ਮੰਤਰੀ ਦੇ ਐਡਵਾਈਜ਼ਰ ਰਹੇ ਨੇ, ਉਹ ਵੀ ਕਲਚਰ ਦੇ ਨਾਲ ਜੁੜੇ ਹੋਏ ਹੋਣ ਕਰਕੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸੁੱਖੀ ਬਰਾੜ ਜੀ। ਸਭ ਤੋਂ ਪਹਿਲਾਂ ਤਾਂ ਜੀ, ਪੰਜਾਬ ਦੇ ਵਿੱਚ ਇਕਲੌਤੀ ਮਹਿਲਾ ਜਿਹੜੀ ਹੈ, ਔਰ ਉਹ ਵੀ ਬਰਾੜ, ਸੁੱਖੀ ਬਰਾੜ ਉੱਥੇ ਪਹੁੰਚਦੇ ਨੇ, ਕਿਵੇਂ ਪਹਿਲਾਂ ਤਾਂ ਉਸ ਜੋ ਕੁਝ ਉਸ ਵੇਲੇ ਜ਼ਹਿਨ ਦੇ ਵਿੱਚ ਚੱਲ ਰਿਹਾ ਸੀ ਜਾਂ ਜੋ ਤੁਹਾਨੂੰ ਬੁਲਾਇਆ ਗਿਆ, ਉਹਨੂੰ ਕਿਵੇਂ ਤੁਸੀਂ ਬਿਆਨ ਕਰੋਗੇ? ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਜੈ ਸ਼੍ਰੀ ਰਾਮ। ਸੋ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਇਨਵੀਟੇਸ਼ਨ ਮਿਲਿਆ, ਔਰ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੋਈ ਕਿ ਫਿਜ਼ੀਕਲੀ ਘਰ ਆ ਕੇ
ਮੈਨੂੰ ਇਨਵੀਟੇਸ਼ਨ ਜਿਹੜੇ ਰਾਮ ਮੰਦਰ ਦੇ ਪ੍ਰਬੰਧਕਾਂ ਦੇ ਵਿੱਚੋਂ ਉੱਥੋਂ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਘਰ ਆ ਕੇ ਇਨਵੀਟੇਸ਼ਨ ਦੇ ਕੇ ਗਏ, ਜਿਵੇਂ ਆਪਾਂ ਪਿੰਡਾਂ 'ਚ ਪੁਰਾਣੇ ਕਲਚਰ ਮੁਤਾਬਕ ਵਿਆਹ ਦੇ ਇਨਵੀਟੇਸ਼ਨ ਦੇਣ ਜਾਂਦੇ ਸੀ। ਸੋ ਮੈਨੂੰ ਬਹੁਤ ਅੱਛਾ ਲੱਗਿਆ, ਪਰ ਫਿਰ ਮੈਨੂੰ ਇਹ ਸੀਗੀ ਵੀ ਮੈਂ ਇਕੱਲੀ ਨੇ ਜਾਣਾ, ਮੇਰਾ ਥੋੜ੍ਹਾ ਜਿਹਾ ਸੀਗਾ ਵੀ 50-50 ਜਾਵਾਂ ਕਿ ਨਾ ਜਾਵਾਂ, ਬਟ ਫਿਰ ਉਹਨਾਂ ਨੂੰ ਉਹਨਾਂ ਦਾ ਹੁਕਮ ਸਿਰ ਮੱਥੇ ਰੱਖਦਿਆਂ, ਇਨਵੀਟੇਸ਼ਨ ਸਿਰ ਮੱਥੇ ਰੱਖਦਿਆਂ। ਅੱਛਾ ਇਹ ਕਿਵੇਂ, ਪਹਿਲਾਂ ਤਾਂ ਕੀ ਤੁਹਾਨੂੰ ਆਈਡੀਆ ਸੀ ਕਿ ਤੁਹਾਨੂੰ ਬੁਲਾਇਆ ਜਾ ਸਕਦਾ, ਜਾਂ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਚੋਣ ਕਿਉਂ ਹੋਈ, ਮਤਲਬ ਤੁਸੀਂ ਇਕਲੌਤੇ ਸੀ ਪੰਜਾਬ ਦੇ ਵਿੱਚੋਂ, ਤੁਹਾਨੂੰ ਕਿਉਂ ਚੋਣ ਹੋਈ? ਮੈਂ ਪੰਜਾਬ 'ਚੋਂ ਇਕੱਲੀ ਔਰਤ ਸੀ, ਇਕੱਲੀ ਫੀਮੇਲ ਸੀ ਜਿਹੜੀ ਉੱਥੇ ਗਈ, ਪਰ ਮੈਨੂੰ ਨਹੀਂ ਸੀ ਪਤਾ ਵੀ ਮੈਨੂੰ ਬੁਲਾਇਆ ਜਾਊਗਾ, ਮੈਨੂੰ ਇਕੱਲੀ ਨੂੰ ਕਿਉਂ ਬੁਲਾਇਆ ਜਾਊਗਾ। ਬਟ ਫਿਰ ਉਹਦੇ ਪਿੱਛੇ ਮੈਂ ਉਹਨਾਂ ਨੂੰ ਪੁੱਛਿਆ, ਉਹਦੇ ਪਿੱਛੇ ਸਿਰਫ ਐਂਡ ਸਿਰਫ ਪੰਜਾਬੀ ਮਾਂ ਬੋਲੀ, ਪੰਜਾਬੀ ਕਲਚਰ, ਪੰਜਾਬੀ ਵਿਰਾਸਤ, ਸਾਡੇ ਸੰਸਕਾਰ ਜਿਨ੍ਹਾਂ ਨੂੰ ਮੈਂ ਪ੍ਰਜ਼ਰਵ ਪ੍ਰਮੋਟ ਕਰਦੀ ਹਾਂ, ਔਰ ਸਾਰੀ ਦੁਨੀਆ 'ਚ 15-20 ਦੇਸ਼ਾਂ 'ਚ ਤਾਂ ਮੈਂ ਜਾਇਆ ਹੀ, ਕਿਉਂਕਿ ਅੱਜ ਕੱਲ੍ਹ ਨੈੱਟ ਬੜਾ ਫਾਸਟ ਹੈ, ਨੈੱਟ 'ਤੇ ਪੜ੍ਹਦੇ ਰਹਿੰਦੇ ਆ ਵੀ ਕਿਹੜਾ ਕਿੱਥੇ ਪਹੁੰਚ ਗਿਆ, ਕਿਹੜਾ ਤੁਹਾਨੂੰ ਹੀ ਪਤਾ। ਅੱਜ ਤੱਕ ਆਪਾਂ ਪੰਜਾਬੀ ਕਲਚਰ 'ਚ ਕੁਛ ਕਮਾਇਆ ਕੁਛ ਨਹੀਂ, ਨਾਮ ਹੀ ਕਮਾਇਆ ਤੁਹਾਡੀ ਬਖਸ਼ਿਸ਼ ਕਰਕੇ, ਸਭ ਦੇ ਵੱਡਿਆਂ ਦੇ ਆਸ਼ੀਰਵਾਦ ਕਰਕੇ। ਸੋ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਜਿਹੜਾ ਤੁਹਾਨੂੰ ਇਨਵੀਟੇਸ਼ਨ ਬਕਾਇਦਾ ਦਿੱਤਾ ਸਿਰਫ ਪੰਜਾਬੀ ਵਿਰਾਸਤ ਕਰਕੇ, ਪੰਜਾਬੀ ਸੱਭਿਆਚਾਰ ਕਰਕੇ, ਅਤੇ ਤੁਹਾਡੇ ਮਿਸ਼ਨ ਹੈ ਪੰਜਾਬੀ ਕਰਕੇ, ਵੀ ਤੁਸੀਂ ਅਜੇ ਤੱਕ ਆਪਣੇ ਇਰਾਦਿਆਂ 'ਤੇ ਬੁਲੰਦ ਹੋ, ਤੁਹਾਡੇ ਹੌਂਸਲੇ ਬੁਲੰਦ ਨੇ, ਅਤੇ ਤੁਸੀਂ ਪੰਜਾਬੀ ਦੀ ਅਤੇ ਪੰਜਾਬ ਦੀ ਸੇਵਾ ਕਰ ਰਹੇ। ਅੱਛਾ ਇੱਕ ਉਸ ਵੇਲੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਛੜੀਆਂ ਕਿ ਸਿੱਖਾਂ ਨੂੰ ਉੱਥੇ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ, ਸਿੱਖਾਂ ਦੇ ਧਾਰਮਿਕ ਆਗੂਆਂ ਨੂੰ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ। ਸੱਦਾ ਪੱਤਰ ਜਹਿਦਰ ਸਾਹਿਬ ਤੱਕ ਵੀ ਗਿਆ ਅਤੇ ਪਰ ਇੱਥੋਂ ਵਧਾਈ ਦਿੱਤੀ ਗਈ, ਇਸ ਮਾਹੌਲ ਨੂੰ ਜਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਚਰਚਾਵਾਂ ਸੋਸ਼ਲ ਮੀਡੀਆ 'ਤੇ ਤਾਂ ਕਈ ਤਰ੍ਹਾਂ ਦੀਆਂ ਛਿੜਦੀਆਂ ਨੇ, ਅੱਜ ਕੱਲ੍ਹ ਤਾਂ ਛੋਟੇ ਛੋਟੇ ਮੁੱਦਿਆਂ ਨੂੰ ਲੈ ਕੇ ਵੀ ਚਰਚਾ ਛਿੜ ਜਾਂਦੀ ਹੈ, ਧਰਮ ਦੇ ਨਾਂ 'ਤੇ ਤਾਂ ਐਸੀ ਚਰਚਾ ਛਿੜਨੀ ਅਤੇ ਵਿਵਾਦ ਛਿੜਨੇ ਲਾਜ਼ਮੀ ਹੁੰਦੇ ਆ, ਤਾਂ ਤੁਸੀਂ ਇਸ ਮਾਹੌਲ ਦੇ ਵਿੱਚ ਉੱਥੇ ਗਏ। ਨਪਿੰਦਰ, ਤੁਸੀਂ ਇਹ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 3000 ਤੋਂ ਵੱਧ ਵਾਰੀ ਰਾਮ 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 ਲਿਖਿਆ ਹੋਇਆ, ਔਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਨਹੀਂ ਸੀ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸੀ, ਅਤੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ ਹੈ ਤੁਹਾਨੂੰ ਵੀ ਪਤਾ, 10ਵੇਂ ਪਾਤਸ਼ਾਹ ਜੀ ਨੇ ਕੀਤੀ, ਜਿਹੜਾ ਉਹਨਾਂ ਦਾ ਬਾਣਾ ਸੀ ਸਵਰੂਪ ਸੀ, ਉਹ ਇੱਕ ਕਿਰਦਾਰ ਸੀ, ਦੈਟ ਵਾਜ਼ ਏ ਪਰਸਨੈਲਿਟੀ, ਪਰਸਨ ਟੂ ਪਰਸਨੈਲਿਟੀ ਗੁਰੂ ਗੋਬਿੰਦ ਸਿੰਘ ਜੀ। ਹੁਣ ਖਾਲਸਾ ਪੰਥ ਦੀ ਸਾਜਨਾ ਉਦੋਂ ਹੋਈ, ਉਦੋਂ ਬਾਅਦ ਆਪਣਾ ਸਿੱਖੀ ਸਵਰੂਪ ਬਣ ਗਿਆ। ਸਿੱਖ ਹੋਣ ਦੀ ਡੈਫੀਨੇਸ਼ਨ ਸਿਰਫ ਇਹ ਨਹੀਂ ਹੈਗਾ ਵੀ ਜਿਹੜਾ SGPC ਜਿਹਨੂੰ ਕਹਿ ਦੂਗੀ ਉਹ ਸਿੱਖ ਹੈ। SGPC 'ਚ ਸਾਡੇ ਧਾਰਮਿਕ ਸਥਾਨਾਂ 'ਤੇ ਮੈਂ ਵੀ ਸਿੱਖ ਧਰਮ ਨੂੰ ਬਿਲੋਂਗ ਕਰਦੀ ਹਾਂ, ਮੈਂ ਰਿਸਪੈਕਟ ਕਰਦੀ ਹਾਂ, ਆਪਣੇ ਸਿੱਖ ਧਰਮ ਦੇ ਵਿੱਚ ਲੰਗਰ ਵੀ ਲਾਉਂਦੇ, ਬੜੇ ਵਧੀਆ ਕੰਮ ਵੀ ਹੋ ਰਹੇ ਨੇ, ਬਟ ਜਿਹੜੀ ਰਿਜਿਡਨੈਸ ਆ ਨਾ ਇਹਨਾਂ ਦੀ ਧਰਮ ਦੇ ਪ੍ਰਤੀ, ਆਪਾਂ ਉੱਥੇ ਹੀ ਪੈਦਾ ਹੋਏ ਹਾਂ ਸਾਰੇ, ਆਪਾਂ ਇੱਕ ਹਾਂ, ਵੀ ਆਰ ਵਨ, ਹਿੰਦੂ ਮੁਸਲਿਮ ਸਿੱਖ ਇਸਾਈ ਇਸਲਾਮਿਕ, ਵੀ ਆਲ ਆਰ ਵਨ ਐਂਡ ਵਨ ਹੀ ਰਹਾਂਗੇ। ਇਹ ਸਿਰਫ ਵੋਟਾਂ ਵਾਲੀ ਰਾਜਨੀਤੀ, ਫਰਸਟ੍ਰੇਟ ਲੋਕ ਹੋਏ ਫਿਰਦੇ ਨੇ, ਪੁੱਛਦਾ ਕੋਈ ਇਹਨਾਂ ਨੂੰ ਹੈ ਨਹੀਂ, ਪੰਜਾਬ ਨੂੰ ਬਰਬਾਦ ਕਰਕੇ ਹੁਣ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ, ਇਹ ਸਾਰੀਆਂ ਉਹਨਾਂ ਦੀਆਂ ਚੱਲ, ਉੱਥੇ ਤਾਂ ਇੰਨੇ ਸਿੱਖ ਸਿੱਧਾਂ ਆਈਆਂ ਹੋਈਆਂ ਸੀ। ਬਾਬਰੀ ਮਸਜਿਦ, ਸ਼ਾਇਦ ਨਪਿੰਦਰ ਤੁਹਾਨੂੰ ਵੀ ਦੱਸ ਦਿੰਦੀ ਹਾਂ, ਮੋਦੀ ਸਾਹਿਬ ਦੇ ਛਡਾਉਣ ਤੋਂ ਪਹਿਲਾਂ ਮੁਸਲਮਾਨਾਂ ਤੋਂ ਛੜਾਈ, ਉਦੋਂ ਪਹਿਲਾਂ ਸਿੱਖਾਂ ਨੇ, ਅੱਜ ਤੋਂ 7-8 ਸਾਲ ਪਹਿਲਾਂ ਸਿੱਖਾਂ ਨੇ ਪੰਗਾ ਲਿਆ ਸੀਗਾ ਵੀ ਇੱਥੇ ਰਾਮ ਮੰਦਰ ਹੋਣਾ ਚਾਹੀਦਾ, ਔਰ ਉਹਨਾਂ ਸਿੱਖਾਂ ਨੇ ਆ ਕੇ ਉੱਥੇ ਲੰਗਰ ਲਾਈ ਰੱਖਿਆ। ਸੋ ਉੱਥੇ ਸਿੱਖ ਵੀ ਸੀਗੇ, ਸਿੱਖ ਦੀ ਡੈਫੀਨੇਸ਼ਨ ਇਹ ਥੋੜ੍ਹਾ ਵੀ ਜੇ SGPC ਜਿਹਨੂੰ ਕਹੂਗੀ ਸਿੱਖ ਉਹ ਹੈ, ਅਤੇ ਜੇ ਕੋਈ ਇਨਵੀਟੇਸ਼ਨ ਆਏ ਮੈਂ ਚਲੀ ਗਈ ਜਾਣਾ ਚਾਹੀਦਾ, ਜੇ ਕੋਈ ਸਤਿਕਾਰ ਨਾਲ ਬੁਲਾਉਂਦਾ ਹੈ। ਸਾਡੇ ਤੁਸੀਂ ਬੰਗਲਾ ਸਾਹਿਬ ਲੈ ਲਓ, ਆਪਣੇ ਸਭ ਤੋਂ ਵੱਡਾ ਆਪਣਾ ਤੀਰਥ ਸਥਾਨ ਦਰਬਾਰ ਸਾਹਿਬ ਹੈ, ਉੱਥੇ ਸਿਰਫ ਪੱਗਾਂ ਵਾਲੇ ਹੀ ਹੁੰਦੇ, ਸਿੱਖ ਹੀ ਹੁੰਦੇ, ਕਿੰਨੇ ਉੱਥੇ ਹਿੰਦੂ ਆਉਂਦੇ ਆ, ਕਿੰਨੇ ਉੱਥੇ ਮੁਸਲਮਾਨ ਆਉਂਦੇ ਆ, ਕਿੰਨੇ ਉੱਥੇ ਹਰ ਧਰਮ ਦੇ ਵਿਦੇਸ਼ੀ। ਪਰ ਬੰਗਲਾ ਸਾਹਿਬ ਗੁਰਦੁਆਰਾ ਦੇਖ ਲਓ ਭਰਿਆ ਪਿਆ, ਉਹਦੇ 'ਚ ਤੁਹਾਨੂੰ ਸਿੱਖ ਦੱਸ ਦੱਸਣਗੇ, 90 ਲੋਕ ਦੱਸਣਗੇ ਦੂਜੇ ਨੌਨ ਸਿੱਖ, ਜੇ ਉਹ ਲੋਕ ਸਾਡੇ ਸਥਾਨਾਂ 'ਤੇ, ਸਾਡੇ ਸਥਾਨ ਤਾਂ ਹੈ ਹੀ ਨਹੀਂ, ਆਪਣੇ ਸਥਾਨਾਂ 'ਤੇ ਜਿਹਨਾਂ ਨੂੰ ਤੁਸੀਂ ਸਮਝਦੇ, ਚਲੋ ਐਨੀਵੇ, ਅਤੇ ਤੁਸੀਂ ਕਿਉਂ ਨਹੀਂ ਜਾਂਦੇ ਵੀ ਤੁਹਾਨੂੰ ਕੀ ਤਕਲੀਫ ਆ ਉੱਥੇ ਜਾਣ 'ਚ ਰਾਮ ਮੰਦਰ 'ਚ, ਜੇ ਬੁਲਾ ਲਿਆ ਮੈਨੂੰ ਤਾਂ ਬਹੁਤ ਅੱਛਾ ਲੱਗਿਆ।
ਬਹੁਤ ਵਧੀਆ ਲੱਗਿਆ, ਜਾਣਾ ਚਾਹੀਦਾ ਸੀ ਇਹਨਾਂ ਨੂੰ ਸਾਰਿਆਂ ਨੂੰ। ਅੱਛਾ, ਜਦੋਂ ਤੁਸੀਂ ਉੱਥੇ ਗਏ, ਸਮਾਗਮ ਸ਼ੁਰੂ ਹੁੰਦਾ, ਕਿੱਦਾਂ ਦਾ ਮਾਹੌਲ ਤੁਹਾਨੂੰ ਉੱਥੇ ਦਿਖਿਆ? ਕਿਉਂਕਿ ਆਪਾਂ ਤਾਂ, ਕਿਉਂਕਿ ਜ਼ਿਆਦਾਤਰ, ਹਾਲਾਂਕਿ ਸਿੱਖ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ, ਕਰਦੇ ਵੀ ਆ ਸਿੱਖ ਸਾਰੇ, ਅਤੇ ਪਰ ਕਿਤੇ ਨਾ ਕਿਤੇ ਅਸੀਂ ਥੋੜ੍ਹਾ ਜਿਹਾ, ਜਦੋਂ ਸਾਡਾ ਝੁਕਾਣ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਜ਼ਿਆਦਾ ਹੁੰਦਾ, ਪਰ ਜਦੋਂ ਤੁਸੀਂ ਉੱਥੇ ਗਏ ਤਾਂ ਉੱਥੇ ਜਾ ਕੇ ਸੁਖੀ ਵਿਰਾਟ ਕੀ ਦੇਖਦੇ ਆ? ਕੁਝ ਫਰਕ ਲੱਗਿਆ ਤੁਹਾਨੂੰ ਜਦੋਂ ਉੱਥੇ ਐਂਟਰ ਕੀਤੇ? ਦੇਵੀ, ਮੈਂ ਸਭ ਤੋਂ ਵੱਧ ਸਕੂਨ ਮਹਿਸੂਸ ਕੀਤਾ ਅੱਜ ਤੱਕ ਦਰਬਾਰ ਸਾਹਿਬ ਜਾ ਕੇ। ਮੈਂ ਰਾਤ ਨੂੰ ਵੀ ਜਾਂਦੀ ਹਾਂ ਕਈ ਵਾਰ, ਦੋ ਦੋ ਢਾਈ, ਬਹੁਤ ਆਨੰਦ ਮਿਲਦਾ, ਕੋਈ ਸ਼ੱਕ ਵਾਲੀ ਗੱਲ ਨਹੀਂ। ਅਤੇ ਮੈਂ ਬਹੁਤ ਵੱਡੇ ਮੰਦਰ 'ਚ ਕਦੇ ਨਹੀਂ ਸੀ ਗਈ। ਮੰਦਰਾਂ 'ਚ ਤਾਂ ਆਪਾਂ ਵਿਜ਼ਿਟ ਕਰਦੇ ਹਾਂ ਕਿਉਂਕਿ ਜਦੋਂ ਟੂਰਿਸਟ ਪਲੇਸ ਨਾ ਉੱਥੇ ਮੰਦਰਾਂ ਨੂੰ, ਜੈਪੁਰ ਵੀ ਜਾ ਕੇ ਆਈ ਮੈਂ। ਜਦੋਂ ਮੈਂ ਅਯੋਧਿਆ ਐਂਟਰ ਕਰਨ ਲੱਗੀ, ਇੱਕ ਵੰਡਰਫੁੱਲ ਨਜ਼ਾਰਾ ਸੀ, ਸੜਕਾਂ ਫੁੱਲਾਂ ਨਾਲ ਭਰੀਆਂ ਪਈਆਂ ਸੀ, ਰਾਮ ਜੀ ਦੀਆਂ ਮੂਰਤੀਆਂ ਫੁੱਲ, ਮਤਲਬ ਮੈਨੂੰ ਐਂ ਲੱਗਦਾ ਸੀ ਵੀ ਮੈਂ ਕਿਸੇ ਅਜੂਬੇ 'ਚ ਐਂਟਰ ਹੋ ਰਹੀ ਹਾਂ। ਔਰ ਲੋਕਾਂ ਰੰਗੇ ਹੋਏ ਸੀ ਰਾਮ ਦੇ ਰੰਗ ਦੇ ਵਿੱਚ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਮਤਲਬ ਸਭ ਨੇ ਆਪਦੀ ਮੈਂ ਨੂੰ ਕੱਢ ਕੇ ਨਾ, ਆਪਦੀਆਂ ਪੋਸਟਾਂ ਨੂੰ ਕੱਢ ਕੇ ਉੱਥੇ, ਕਿਉਂਕਿ ਬੁੱਕ ਤੁਹਾਨੂੰ ਪਤਾ ਵੀ VVIP ਸੀ, ਵੱਡੇ ਵੱਡੇ ਅਹੁਦੇਦਾਰ ਆਏ ਸੀ, ਪਰ ਲੱਗਦਾ ਨਹੀਂ ਸੀ, ਉਹ ਐਂ ਲੱਗਦਾ ਸੀ ਵੀ ਆਮ ਸਧਾਰਨ ਬੰਦੇ ਫਿਰ, ਕੋਈ ਗਨਮੈਨ ਨਹੀਂ ਸੀ ਨਾਲ, ਕੋਈ ਕੁਛ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਇੱਕ ਕੋਡ ਸੀ ਜਿੱਥੇ ਸਾਡੀ ਐਂਟਰੀ ਸੀ, ਉਸ ਤੋਂ ਬਾਅਦ ਕੋਈ ਗਨਮੈਨ ਨਹੀਂ, ਕੋਈ ਕੁਛ ਨਹੀਂ, ਸਾਰੇ ਅਸੀਂ ਪੈਦਲ ਇਕੱਠੇ, ਉੱਥੇ ਮੁੱਖ ਮੰਤਰੀ ਵੀ ਜਾ ਰਹੇ, ਉੱਥੇ MP ਵੀ ਜਾ ਰਹੇ, ਉੱਥੇ ਵੱਡੇ ਵੱਡੇ ਅਸੀਂ ਇਕੱਠੇ ਵੀ ਵਾਰ VIP ਜਾਂਦਾ ਹੁੰਦਾ ਤੇ ਉਹਦੇ ਨਾਲ 15-20 ਦਾ ਧੱਕੇ ਮਾਰਨ ਵਾਲੇ ਹੁੰਦੇ? ਬਿਲਕੁਲ ਨਹੀਂ। ਇੱਕ ਮੁੰਡਾ ਤੁਹਾਡੇ ਵਰਗਾ ਆਇਆ, ਕਹਿੰਦਾ ਤੁਸੀਂ ਆਪ, ਕਿਉਂਕਿ ਮੈਂ ਇਕੱਲੀ ਗਈ ਸੀ, ਕਹਿੰਦੇ ਲਓ ਜੀ ਮੈਡਮ ਆਪਕੀ ਵੀਡੀਓ ਬਣਾ ਦਊ। ਮੈਂ ਕਿਹਾ ਬਣਾ ਦੀ। ਜਦੋਂ ਉਹਨੇ ਵੀਡੀਓ ਬਣਾਈ, ਮੈਂ ਕਾਕਾ ਤੂੰ ਕਰਦਾ ਕੀ ਹੈ ਇੱਥੇ, ਵਟ ਆਰ ਯੂ ਡੂਇੰਗ ਹੇਅਰ? ਕਹਿੰਦਾ ਜੀ ਮੈਡਮ ਆਏ ਮੈਨ IAS ਆਫਿਸਰ। ਉਹ ਮੈਂ ਕਿਹਾ ਵੈਰੀ ਨਾਈਸ, ਮੈਂ ਕਿਹਾ ਗ੍ਰੇਟ ਪੁੱਤਰ, ਥੈਂਕ ਯੂ ਸੋ ਮਚ। ਮੁਰਾਦ ਦਾ ਰੁਤਬਾ ਘਰੇ ਰੱਖ ਕੇ ਆਇਆ? ਰੁਤਬਾ ਸਾਰੇ ਮੈਨੂੰ ਕੱਢ ਕੇ ਇਹੋ ਜਿਹੇ ਥਾਂ ਤੇ ਮੈਨੂੰ ਕੱਢ ਕੇ ਆਉਂਦੇ, ਤਾਂ ਇੱਥੇ ਤਾਂ ਆਪਣੇ, ਇੱਥੇ ਤਾਂ ਆਪਣੇ ਗੁਰਦੁਆਰਿਆਂ 'ਚ ਵੀ ਧੱਕੜ ਮੁੱਕੜ ਕਰਕੇ ਜਿਹੜੇ VIP ਹੁੰਦੇ ਪਹਿਲਾਂ ਮੱਥਾ ਟੇਕ ਲੈਂਦੇ, ਬਾਕੀ ਖੜੇ ਰਹਿੰਦੇ। ਅੱਛਾ, ਤੁਸੀਂ ਇੱਕ, ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਇੱਕ ਬ੍ਰੇਕਫਾਸਟ ਦੀ ਘਟਨਾ ਜ਼ਿਕਰ ਕਰ ਰਹੇ ਸੀ ਕਿ ਨਾਸ਼ਤਾ ਕਰ ਰਹੇ ਸੀ ਤੇ ਕੁਝ ਕੁ ਲੋਕ ਤੁਹਾਡੇ ਨਾਲ ਬੈਠੇ ਸੀ। ਨਹੀਂ, ਉਹ ਮੈਂ ਲਖਨਊ ਤੋਂ ਚੱਲੀ ਤੇ 15 ਕਿਲੋਮੀਟਰ ਹੋਣਾ, ਕਿਉਂਕਿ 9 ਵਜੇ ਐਂਟਰ ਕਰਨਾ ਸੀ, ਤੇ ਇੱਕ ਅਸੀਂ ਹੋਟਲ 'ਚ ਐਂਟਰ ਕਰ ਗਏ, ਉੱਥੇ ਕੋਈ ਨਹੀਂ ਸੀਗਾ, 15-20 ਏਕੜ ਦੇ ਵਿੱਚ ਹੋਟਲ ਬਣਿਆ ਹੋਇਆ ਸੀ। ਮੈਂ ਵੀ ਅੰਦਰ ਐਂਟਰ ਕਰ ਗਈ, ਭਾਈ ਮੇਰੇ ਕੋਲ ਵੀ ਹੈਗਾ ਸੀ ਬ੍ਰੇਕਫਾਸਟ, ਪਰੌਂਠੀਆਂ, ਐਵਰੀਥਿੰਗ ਰੱਖੀ, ਸਨੈਕਸ ਵਗੈਰਾ। ਉੱਥੇ ਮੈਥੋਂ ਜਾਣ ਤੋਂ ਪਹਿਲਾਂ 4-5 ਹੋਰ ਜੈਂਟਲਮੈਨ ਸੀਗੇ, 2-3 ਦੀਆਂ ਘਰਾਂ ਵਾਲੀਆਂ ਵੀ ਨਾਲ ਸੀ, ਉਹ ਵੀ ਬਹਿ ਗਏ ਬ੍ਰੇਕਫਾਸਟ 'ਚ। ਉੱਥੇ ਸਾਰੇ ਇੱਕ ਦੂਜੇ ਨੂੰ ਜੈ ਸ਼੍ਰੀ ਰਾਮ, ਮੈਂ ਵੀ ਕਿਹਾ ਜੀ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਅਤੇ ਫਿਰ ਮੈਂ ਸਤਿ ਸ਼੍ਰੀ ਅਕਾਲ ਵੀ ਕਹੀ ਨਾਲ। ਅਤੇ ਇਕੱਠੇ ਜਦੋਂ ਨਾਸ਼ਤਾ ਕਰਨ ਲੱਗੇ, ਮੈਂ ਵੀ ਆਪਦੇ ਆਈਟਮ ਰੱਖ ਕੇ, ਇਕੱਠੇ ਵੀ ਹੈਡ ਦਾ ਬ੍ਰੇਕਫਾਸਟ ਟੂਗੈਦਰ। ਜਦੋਂ ਇਕੱਠਿਆਂ ਨੇ ਬ੍ਰੇਕਫਾਸਟ ਕੀਤਾ, ਉਹ ਮੈਨੂੰ ਕਹਿੰਦੇ, ਕਿਸੇ ਨੇ ਨਹੀਂ ਪੁੱਛਿਆ ਵੀ ਤੂੰ ਕੌਣ ਆ ਅਤੇ ਮੈਂ ਕੌਣ ਆ, ਇੰਟਰੋਡਕਸ਼ਨ ਨਹੀਂ। ਹੋਰ ਮੈਨੂੰ ਇੱਕ ਭਾਈ ਕਹਿਣ ਲੱਗਿਆ, ਕਹਿੰਦਾ ਜੀ ਆਪਕੀ ਇੰਟਰੋਡਕਸ਼ਨ ਤਾਂ ਹੋ ਗਈ, ਆਪ ਸਰਦਾਰਨੀ ਵੀ ਹੋ ਤਾਂ ਦਿਲਦਾਰਨੀ ਵੀ ਹੋ। ਬੜਾ ਅੱਛਾ ਲੱਗਿਆ, ਕਿਉਂਕਿ ਮੇਰਾ ਆਹੀ ਟ੍ਰੈਡੀਸ਼ਨਲ ਡਰੈਸ ਪਾਈ। ਉਹ ਕਹਿੰਦੇ ਜੀ ਯੂ ਆਰ ਲੁਕਿੰਗ ਔਸਮ ਮੈਡਮ, ਕਹਿੰਦੇ ਤੁਹਾਡੀ ਡਰੈਸ ਆ ਨਾ ਜਿਹੜੀ ਬਹੁਤ ਅੱਛੀ ਲੱਗਦੀ ਹੈ। ਮੈਂ ਕਿਹਾ ਜੀ ਯੈਸ, ਇਟਸ ਮਾਈ, ਮੈਂ ਲਾਈਫ ਲੌਂਗ, ਆਈ ਐਮ ਲਿਵਿੰਗ ਲਾਈਕ ਦਿਸ। 15 ਮਿੰਟਾਂ 'ਚ ਉਹਨਾਂ ਨੇ ਆਪਦੀ ਸਾਰਾ ਜਾਣਿਆਂ ਨੇ ਡਰੈਸ ਬਦਲੀ, ਅੰਦਰ ਗਏ, 15 ਮਿੰਟ ਲੇਟ ਹੋ ਗਏ, ਸਾਰੇ ਧੋਤੀਆਂ ਲਾਈ, ਉਹਨਾਂ ਕੋਈ ਬਣਾਰ ਸੀ, ਇੰਨੇ ਸੋਹਣੇ ਸਾਰੇ ਬਦਲ ਕੇ ਆ ਗਏ। ਸੀ ਕੌਣ? ਮੈਂ ਦੱਸਦੀ, ਮੈਂ ਕਿਹਾ ਜੀ ਮੇ ਆਈ ਨੋ ਯੂਅਰ ਨੇਮ ਪਲੀਜ਼, ਮੈਂ ਕਿਹਾ ਗਿਵ ਮੀ ਯੂਅਰ ਇੰਟਰੋਡਕਸ਼ਨ। 4 ਸਟੇਟਾਂ ਦੇ ਉਹ ਮੁੱਖ ਮੰਤਰੀ ਸੀਗੇ। ਕਹਿੰਦੇ ਬੰਦਾ ਇਸ ਸਟੇਟ ਕਾ ਮੁੱਖ ਮੰਤਰੀ ਹੈ ਜੀ, ਜਾਣੀ ਉਹਨਾਂ ਲੱਗਦਾ ਹੀ ਨਹੀਂ ਸੀ ਮੁੱਖ ਮੰਤਰੀ ਹੈ। ਇੱਥੇ ਤਾਂ ਸਿਪਾਹੀ ਨਹੀਂ ਮਾਣ, ਆਪਣੇ ਪਿੱਛੇ ਹੂਟਰ ਵੱਜਦੇ ਹੁੰਦੇ ਵੀ ਸਿਪਾਹੀ ਆ ਗਿਆ। ਸੋ ਇਹ ਮੈਂ ਜੋ UP 'ਚ ਜਾ ਕੇ ਅਬਜ਼ਰਵ ਕੀਤਾ ਨਾ, ਜਿਹੜੀ ਯੋਗੀ ਦੀ ਸਰਕਾਰ ਹੈ, ਫੰਕਸ਼ਨ ਕੀਤਾ ਨਾ, ਜਿਹੜੀ ਨਹੀਂ ਉਸ ਬੰਦੇ ਨੇ ਫੜਕਣ ਦਿੱਤੀ ਉੱਥੇ। ਸਾਡੇ ਉੱਥੇ ਪਹੁੰਚਣ ਤੱਕ ਜਿੱਥੇ ਵੈਨਿਊ ਬਣਿਆ ਸੀ, ਕੋਈ ਸਾਡੇ ਰਾਹਾਂ ਆਏ ਖਾਲੀ ਸੀ ਬਿਲਕੁਲ, ਅਸੀਂ ਆਏ ਸਿੱਧੇ ਸਟਰੇਟ, ਜਾਂ ਕੋਈ ਹਿੰਡਰੈਂਸ ਨਹੀਂ ਸੀ। ਜਿਹੜੇ ਅਯੋਧਿਆ ਦੇ ਲੋਕ ਸੀ ਛੱਤਾਂ 'ਤੇ ਖੜ੍ਹੇ, ਅਸੀਂ ਜਾ ਰਹੇ ਸੀ ਐਂ ਲਾਈਨ ਬਣਾ ਕੇ, ਮੀਡੀਆ ਵਾਲੇ ਖੜ੍ਹੇ, ਯੂਟਿਊਬ ਚੈਨਲਾਂ ਵਾਲੇ ਵਿਚਾਰੇ,
ਉਹ ਪੁੱਛ ਰਹੇ ਸੀਗੇ ਜਦੋਂ ਮੈਂ ਆਏ ਵੱਖਰੀ, ਮੈਂ ਕਿਹਾ ਜੇ ਹਮ ਪੰਜਾਬ ਆ ਗਿਆ ਪੰਜਾਬ, ਫਿਰ ਉਹਨਾਂ ਨੇ ਪਤਾ ਕੀ ਕਿਹਾ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਧਰਮ ਦਾ ਜੇ ਉਹ ਲੋਕ ਸਤਿਕਾਰ ਕਰਦੇ ਆ ਵੀ ਆਪਾਂ ਕਿਉਂ ਨਾ ਕਰੀਏ ਉਹਨਾਂ ਦਾ ਸਤਿਕਾਰ, ਕਿਉਂਕਿ ਧਰਮ ਇੱਕੋ ਹੀ ਹੈ। ਜਿੰਨੇ ਦੇਖੋ ਨਪਿੰਦਰ ਅੱਲਾ ਰਾਮ ਰਹੀਮ ਵਾਹਿਗੁਰੂ, ਕਿਸੇ ਨੇ ਹੱਥ 'ਚ ਫੜ ਕੇ ਦੇਖਿਆ ਵੀ ਰੱਬ ਸਾਡੇ ਕੋਲ, ਸਿੱਖਾਂ ਕੋਲ ਹੀ ਹੈ, ਦੂਜਿਆਂ ਕੋਲ ਹੈ ਨਹੀਂ। ਪਾਵਰ ਇੱਕੋ ਹੀ ਹੈ, ਪਾਵਰ ਇੱਕੋ ਹੀ ਹੈ ਬਿਹਾਈਂਡ। ਇਹ ਕੋਈ ਰਾਮ ਦੇ ਰੂਪ 'ਚ ਮੰਨੀ ਜਾਂਦਾ, ਕੋਈ ਦੇਵੀ ਮਾਤਾ ਦੇ ਰੂਪ 'ਚ ਮੰਨੀ ਜਾਂਦਾ, ਆਪਾਂ ਗੁਰਦੁਆਰੇ ਜਾਂਦੇ ਹਾਂ, ਪਰ ਪਾਵਰ ਇਜ਼ ਵਨ। ਅੱਛਾ, ਉੱਥੇ ਜਦੋਂ ਸਮਾਗਮ ਸ਼ੁਰੂ ਹੁੰਦਾ ਤੁਹਾਨੂੰ ਅਲੱਗ ਅਲੱਗ ਬਲੋਕ ਦੇ ਵਿੱਚ ਫਿਰ ਐਂਟਰੀ ਮਿਲਦੀ ਹੈ, ਕਿੱਥੇ ਤੁਹਾਨੂੰ ਬਿਠਾਇਆ ਗਿਆ ਔਰ ਜਿੱਥੇ ਬਿਠਾਇਆ ਗਿਆ ਉੱਥੇ ਮਾਹੌਲ ਕਿੱਦਾਂ ਦਾ ਸੀ, ਹੋਰ ਕੌਣ ਕੌਣ ਲੋਕ ਜਿਹੜੇ ਤੁਹਾਡੇ ਨਾਲ ਉੱਥੇ ਮੁਲਾਕਾਤ ਹੋਈ? ਉਹਨਾਂ ਨੇ ਚਾਰ ਬਲੋਕ ਬਣਾਏ ਹੋਏ ਸੀ ਜੀ, ਜਿਹੜੇ ਮੋਦੀ ਸਾਹਿਬ ਦੇ ਸਾਹਮਣੇ ਵਾਲਾ ਬਲੋਕ ਤਾਂ ਜਿਹੜੇ ਸ਼ਖਸੀਅਤਾਂ ਧਾਰਮਿਕ ਸੀਗੀਆਂ ਉਹਨਾਂ ਲਈ ਸੀ, ਸਾਧੂ ਸੰਤ ਜਿੰਨੇ ਵੀ ਵਰਲਡ ਤੋਂ ਆਏ ਹੋਏ ਸੀ। ਅਸੀਂ ਇੱਕ ਨੰਬਰ ਬਲੋਕ ਦੇ ਵਿੱਚ ਸਾਰੇ ਸੈਲੀਬ੍ਰਿਟੀਜ਼ ਸੀ, ਕਿਉਂਕਿ ਮੈਂ ਅਮਿਤਾਭ ਬੱਚਨ ਦੀ ਵੀ ਫੈਨ, ਮੈਂ ਫਿਲਮਾਂ ਦੇਖਦੀ ਰਹਿੰਦੀ ਹਾਂ, ਬੰਦਾ ਲੰਮੀ ਰੇਸ ਦਾ ਘੋੜਾ ਉਹ ਆਪਾਂ ਕਹਿ ਸਕਦੇ ਅਤੇ ਹੇਮਾ ਮਾਲੀ ਵੀ ਹੈਗੀ ਸੀ ਉੱਥੇ, ਮਤਲਬ ਸਚਿਨ ਤੰਦੂਲਕਰ, ਸਾਰੇ ਅਨੂਪਮ ਖੇਰ, ਅਸੀਂ ਇਕੱਠੇ ਸੀ, ਵੀ ਵਰ ਟੂਗੈਦਰ ਇਨ ਵਨ ਬਲੋਕ। ਸੋ ਸਾਰਿਆਂ ਨਾਲ ਮੈਂ, ਉਹਨਾਂ ਨੇ ਮੈਨੂੰ ਵੀ ਬੁਲਾਇਆ ਕਿਉਂਕਿ ਪਹਿਰਾਵੇ ਕਰਕੇ, ਸਤਿ ਸ਼੍ਰੀ ਅਕਾਲ ਵੀ ਕਹੀ, ਅਨੂਪਮ ਖੇਰ ਕਹਿੰਦਾ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕਹਿ ਕੇ ਫਿਰ ਜੈ ਸ਼੍ਰੀ ਰਾਮ, ਜਾਣੀ ਪੰਜਾਬ ਦੀ ਸਤਿਕਾਰ ਹੈਗਾ, ਸਰਦਾਰਾਂ ਦਾ ਬਹੁਤ ਸਤਿਕਾਰ ਕੀਤਾ ਉਹਨਾਂ ਨੇ ਮੇਰਾ, ਸਾਰਿਆਂ ਨਾਲ ਮੁਲਾਕਾਤ ਹੋਈ। ਉਹ ਹੀ ਹੈ, ਸਾਰਿਆਂ ਨਾਲ ਮੁਲਾਕਾਤ ਹੋਈ, ਸਾਰੀਆਂ ਸੀਗੀਆਂ ਉੱਥੇ, ਕੰਗਣਾ ਰਨੌਤ ਵੀ ਬੈਠੀ ਸੀ ਉੱਥੇ, ਸਾਰੇ ਬੈਠੇ ਸੀਗੇ। ਸੋ ਸਾਰਿਆਂ ਨੂੰ ਬੁਲਾਇਆ ਮੈਂ, ਪਰ ਕੰਗਣਾ ਰਨੌਤ ਨੂੰ ਮੇਰਾ ਰੂਹ ਨਹੀਂ ਮੰਨੀ ਬੁਲਾਉਣ ਨੂੰ, ਜਿੱਥੇ ਰੂਹ ਨਹੀਂ ਮੰਨਦੀ ਆਪਾਂ ਨਹੀਂ ਬੁਲਾਉਂਦੇ। ਬਾਕੀ ਸਾਰਿਆਂ ਨਾਲ ਹੈਲੋ ਹਾਏ ਹੋਈ ਮੇਰੀ, ਸਾਰਿਆਂ ਨੇ ਬਹੁਤ ਮਾਣ ਇੱਜ਼ਤ ਪੰਜਾਬ ਨੂੰ ਦਿੱਤਾ, ਮੈਂ ਤਾਂ ਕਹੂੰਗੀ ਪੰਜਾਬ ਨੂੰ ਦਿੱਤਾ। ਅੱਛਾ, ਕੰਗਣਾ ਦੀ ਕਿਹੜੀ ਗੱਲ ਖੜਕ ਗਈ ਵੀ ਸੁੱਖੀ ਬਰਾੜ ਨੇ ਸਭ ਨੂੰ ਬੁਲਾਇਆ ਕੰਗਣਾ ਨਾਲ ਨਹੀਂ, ਹਾਲਾਂਕਿ ਲੋਕਾਂ ਨੂੰ ਪਤਾ, ਪਰ ਮੈਂ ਤੁਹਾਡੇ ਮੂੰਹ ਸੁਣਨਾ ਚਾਹੁੰਦਾ। ਨਹੀਂ, ਕੰਗਣਾ ਦਾ ਕੁਛ ਵੀ ਨਹੀਂ, ਮੈਂ ਤਾਂ ਵੀ ਆਪਦੇ ਪੰਜਾਬ ਨੂੰ ਰੈਪ੍ਰਜੈਂਟ ਕੀਤਾ, ਜਿਹੜਾ ਪੰਜਾਬੀਆਂ ਨੂੰ ਮਾੜਾ ਕਹੂਗਾ ਮੈਨੂੰ ਕੋਈ ਵੀ ਨਹੀਂ ਚੰਗਾ ਲੱਗੂਗਾ। ਆਈ ਲਵ ਪੰਜਾਬ, ਆਈ ਲਵ ਪੰਜਾਬੀ, ਆਈ ਲਵ ਮਾਈ ਪੰਜਾਬੀ, ਭਾਵੇਂ ਉਹ ਕਿਸੇ ਵੀ ਰੂਪ 'ਚ ਪੰਜਾਬੀ, ਭਾਵੇਂ ਚੰਗੇ ਆ ਭਾਵੇਂ ਮਾੜੇ, ਪਰ ਹੈ ਤਾਂ ਪੰਜਾਬ ਤਾਂ ਆਪਣਾ ਹੀ ਹੈ ਨਾ। ਸੋ ਆਪਣੇ ਘਰ ਦੇ ਵਿੱਚ ਵੀ ਜੇ ਆਪਣੇ ਟੱਬਰ ਨੂੰ ਕੋਈ ਮਾੜਾ ਕਹੂਗਾ ਆਪਾਂ ਨੂੰ ਫਿਰ ਬੁਲਾਉਂਦੇ ਨਹੀਂ ਨਾ, ਥੋੜ੍ਹੀ ਦੇਰ ਗੁੱਸੇ ਤਾਂ ਹੁੰਦੇ ਹੀ ਆ। ਉਹ ਕਿਤੇ ਨਾ ਕਿਤੇ ਕੰਗਣਾ ਨੂੰ ਸੁਣਿਆ ਪਹੁੰਚ ਗਿਆ ਹੋਊਗਾ ਜਦੋਂ ਸਾਹਮਣੇ ਬਾਕੀ ਸਾਰਾ ਬੁਲਾ ਰਹੀ ਹੈ ਸੁੱਖੀ ਬਰਾੜ, ਪੰਜਾਬੀ ਪਹਿਰਾਵੇ ਵਾਲੀ, ਕੋਈ ਕਿਸਾਨ ਨੂੰ ਨਹੀਂ ਬੁਲਾਇਆ। ਮੈਂ ਇੱਕ ਗੱਲ ਹੋਰ ਵੀ ਦੱਸਦੀ ਹਾਂ, ਉੱਥੇ ਅਸੀਂ ਰਾਮ ਰਵੱਈਏ ਤੋਂ ਬਿਨਾਂ ਬਾਹਲਾ ਨਹੀਂ, ਕਿਉਂਕਿ ਹਰ ਇੱਕ ਦਾ ਧਿਆਨ, ਕਿਸੇ ਦਾ ਨਹੀਂ ਸੀ ਵੀ ਇੱਕ ਦੂਜੇ ਨੂੰ ਫੋਟੋ ਕਰਾਓ ਜਾਂ, ਸਭ ਦਾ ਧਿਆਨ ਲੱਗਿਆ ਹੋਇਆ ਸੀ ਵੀ ਮੋਦੀ ਸਾਹਿਬ ਕਦੋਂ ਆਉਣਗੇ। ਇੱਕ ਇਹੋ ਜਿਹਾ ਵੰਡਰਫੁੱਲ ਸੀਨ ਸੀ ਨਾ ਉਹ ਨਪਿੰਦਰ ਮੰਦਰ ਦਾ, ਇੰਨਾ ਸੋਹਣਾ ਮੰਦਰ ਬਣਾਇਆ, ਦੁਨੀਆ ਦੇ ਸਭ ਤੋਂ ਵੱਡਾ ਮੇਰਾ ਖਿਆਲ ਮੰਦਰ ਹੈ, ਅਤੇ ਜਿਹੜੀ ਉਹਦੀ ਕਾਰੀਗਰੀ ਹੋਈ ਹੈ, ਮੈਂ ਤਾਂ ਫਿਰ ਆਰਟ ਪੁਆਇੰਟ ਬਹੁਤ ਵੀ ਦੇਖ ਰਹੀ ਸੀ, ਸਾਰੇ ਉਹ ਦੇਖ ਰਹੇ ਸੀ ਵੀ ਮੋਦੀ ਸਾਹਿਬ ਕਦੋਂ ਆਉਣਗੇ। ਐਲਸੀਡੀਆਂ ਲੱਗੀਆਂ ਹੋਈਆਂ ਸੀ, ਪ੍ਰਬੰਧ ਤਾਂ ਬਹੁਤ ਵਧੀਆ ਸੀ। 10-10 ਮਿੰਟ ਬਾਅਦ ਜਿਹੜੀ ਯੋਗੀ ਦੀ ਟੀਮ ਪ੍ਰਾਈਵੇਟ ਬਣਾਈ ਹੋਈ ਸੀ ਨਾ, ਸਾਨੂੰ ਚਾਹ ਕੌਫੀ ਸਨੈਕਸ ਬੈਠਣ ਨੂੰ ਪ੍ਰੋਵਾਈਡ ਹੋ ਰਹੇ ਸੀ। ਸੋ ਸਾਰੇ ਵੇਖ ਰਹੇ ਸੀ ਵੀ ਕਦੋਂ ਰਾਮਲੱਲਾ ਦੀ ਮੂਰਤੀ ਦੇ ਦਰਸ਼ਨ ਹੋਣਗੇ, ਫਿਰ ਉਹ ਦੇ ਵਰ ਵੇਟਿੰਗ ਫਾਰ ਦੈਟ, ਕਿਉਂਕਿ ਮੋਦੀ ਸਾਹਿਬ ਅੰਦਰੋਂ ਸਾਡਾ ਐਲਸੀਡੀ ਤੇ ਵੀ ਆ ਗਈ, ਹੁਣ ਉਹ ਪੂਜਾ ਹੋ ਰਹੀ ਹੈ, ਕਿਉਂਕਿ ਸਾਰਾ ਦਾ ਧਿਆਨ ਨਾ ਮੁਲਾਕਾਤਾਂ 'ਚ ਨਹੀਂ ਸੀ ਵੀ ਇੱਕ ਦੂਜੇ ਨੂੰ ਬੁਲਾਓ, ਸਭ ਦਾ ਧਿਆਨ ਸੀ ਰਾਮਲੱਲਾ ਵੱਲ ਲੱਗਿਆ ਹੋਇਆ ਸੀ, ਔਰ ਮੇਰਾ ਵੀ ਲੱਗਿਆ ਹੋਇਆ ਸੀ। ਅੱਛਾ, ਇਸ ਪੂਰੇ ਮਾਹੌਲ ਦੇ ਵਿੱਚ ਤੁਹਾਨੂੰ ਕੀ ਚੀਜ਼ ਲੱਗੀ ਕਿ ਵੀ ਜਿਹੜੀ ਚੀਜ਼ ਤੁਹਾਨੂੰ ਬੜੀ ਪੋਜ਼ਿਟਿਵ ਲੱਗੀ ਹੋਵੇ ਉੱਥੇ, ਖਾਸ ਕਰਕੇ ਆਪਣਾ ਪਹਿਲਾਂ ਜ਼ਿਕਰ ਤੁਸੀਂ ਕਰ ਰਹੇ ਸੀ ਕਿ ਔਰਤਾਂ ਨੂੰ ਲੈ ਕੇ ਉੱਥੇ ਜਿਵੇਂ ਰਿਸਪੈਕਟ ਦਿੱਤੀ ਗਈ, ਉਹ ਕਿਹੜੀ ਚੀਜ਼ 'ਤੇ ਤੁਹਾਨੂੰ ਲੱਗਿਆ? ਮੈਨੂੰ ਪੋਜ਼ਿਟਿਵ ਲੱਗਿਆ ਮੈਨੂੰ ਜਾ ਕੇ ਵੀ, ਜਿਵੇਂ ਰਾਮ ਨੇ ਤਾਂ 14 ਸਾਲ ਦਾ ਬਨਵਾਸ ਕੱਟਿਆ ਸੀ, 500 ਸਾਲਾਂ ਬਾਅਦ ਰਾਮ ਦਾ ਜਿੱਥੇ ਜਨਮ ਹੋਇਆ ਉਹ ਉੱਥੇ ਵਾਪਸ ਉਧਾਰ ਰਹੇ ਨੇ, ਆਪਾਂ ਇਹੀ ਕਹਿ ਦਾਂਗੇ ਫਿਜ਼ੀਕਲ ਰੂਪ ਦੇ ਵਿੱਚ। ਦੂਜੀ ਗੱਲ ਮੈਨੂੰ ਇਹ ਬੜੀ ਚੰਗੀ ਲੱਗੀ ਕਿ ਐਡੇ ਵੱਡੇ ਤੀਰਥ ਸਥਲ 'ਤੇ ਜਿੱਥੇ ਰਾਮ ਦੇ ਆ, ਰਾਮ ਦੀ ਮੂਰਤੀ ਰੱਖੀ ਜਾਣੀ ਆ, ਪ੍ਰਾਣ ਪ੍ਰਤੀਕਸ਼ਾ ਦਾ ਹੋ ਰਿਹਾ ਸ਼ੁਭ ਆਰੰਭ, ਉੱਥੇ ਔਰਤਾਂ ਵੀ ਭਜਨ ਗਾ ਰਹੀਆਂ ਸੀ। ਅਤੇ ਸਾਡੇ ਇੱਥੇ ਮੈਨੂੰ ਰੌਲਾ ਪਾਉਂਦੀ ਨੂੰ 10 ਸਾਲ ਹੋ ਗਏ ਵੀ ਸਾਡੇ SGPC ਦਰਬਾਰ ਸਾਹਿਬ ਦੇ ਵਿੱਚ ਕਹਿੰਦੇ ਜੀ ਔਰਤਾਂ ਕੀਰਤਨੀ ਨਹੀਂ ਕਰ ਸਕਦੀਆਂ। ਤੁਸੀਂ ਮੈਨੂੰ ਐਂ ਦੱਸੋ, ਗੁਰੂਆਂ ਨੂੰ ਜਨਮ ਦੇਣ ਵਾਲੀ ਕੌਣ ਹੈ? ਔਰਤ।
ਦਸਾਂ ਗੁਰੂਆਂ ਨੂੰ ਕਿਹਨੇ ਜਨਮ ਦਿੱਤਾ? ਔਰਤ ਨੇ। ਪੀਰਾਂ ਫਕੀਰਾਂ ਨੂੰ ਕਿਹਨੇ ਜਨਮ ਦਿੱਤਾ? ਔਰਤ ਨੇ। ਰਾਜਿਆਂ ਨੂੰ ਕਿਹਨੇ ਜਨਮ ਦਿੱਤਾ? ਔਰਤ ਨੇ। ਕਵੀਆਂ ਨੂੰ ਕਿਹਨੇ ਜਨਮ ਦਿੱਤਾ? ਔਰਤ ਨੇ। ਪਰ ਇਸ ਚੀਜ਼ ਤੇ ਅਸੀਂ ਕਈ ਵਾਰੀ ਜਵਾਬ ਦੇ ਦਿੱਤੀ, ਉਹ ਕਹਿੰਦੇ ਵੀ ਸਾਡੇ ਕੋਲ ਕੋਈ ਜਥਾ ਆਵੇ। ਬਹੁਤ ਜਥੇ ਗਏ ਨੇ, ਬਹੁਤ ਅਪਰੋਚ ਕੀਤੇ, ਔਰ ਮੈਂ ਵੀ ਲਿਖੀ, ਕੋਈ ਕਮੀ ਨਹੀਂ, ਨਾ 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 ਨਾ, ਸੋਚ ਚ ਕਮੀ ਹੈ। ਉਹਨਾਂ ਨੂੰ ਕਹੋ ਵੀ ਮੈਥੋਂ ਮੰਗਣ, ਮੈਂ ਤਿਆਰ ਹਾਂ ਦੇਣ ਨੂੰ ਜਥੇ ਉਹਨਾਂ ਨੂੰ ਜਿਹੜੇ ਰਾਗੀ ਬਿਨ ਬਹੁਤ ਸਨਮਾਨਯੋਗ ਨੇ, ਬਹੁਤ ਵਧੀਆ ਕੀਰਤਨ ਕਰਦੇ ਨੇ ਆਪਣੇ ਜਿੰਨੇ ਦਰਬਾਰੀ ਰਾਗੀ ਨੇ। ਬਟ ਲੇਡੀਜ਼ ਵੀ ਹੈਗੀਆਂ, ਅਪਲਾਈ ਵੀ ਕੀਤਾ, ਹੁਣ ਵੀ ਕਰ ਦੇਣਗੀਆਂ ਉਹ ਅਪਲਾਈ। ਦੱਸਣ ਦੱਸਣ ਕਿਹਦੇ ਕੋਲ ਜਾਣ, ਦੱਸਣ ਕੀ ਗੜਬੜ ਲੱਗਦੀ ਤੁਹਾਨੂੰ? ਜਵਾਬ ਹੀ ਨਹੀਂ, ਪਤਾ ਨਹੀਂ ਕੀ ਕਹਿੰਦੇ ਨੇ, ਕੀ ਸੋਚ ਉਹਨਾਂ ਦੀ, ਮੈਨੂੰ ਤਾਂ ਇਹੀ ਤਾਂ ਸਮਝ ਨਹੀਂ ਆਉਂਦੀ। ਦੱਸਣ ਸਹੀ, ਗੱਲ ਹੀ ਨਹੀਂ ਕਰਦੇ ਹੋਏ ਇਸ ਟਾਈਮ। ਉਹ ਗੱਲ ਹੀ ਕਰਦੇ ਪ੍ਰਧਾਨ ਰਹਿ ਗਏ, ਉਹ ਤਾਂ ਇੱਕ ਮਹਿਲਾ ਪ੍ਰਧਾਨ ਸੀ। ਬੀਬੀ ਜਗੀਰ ਕੌਰ ਨਾਲ ਮੇਰੀ ਗੱਲ ਹੋਈ ਸੀ ਤੇ ਉਹਨਾਂ ਨੇ ਵੀ ਗੱਲ ਕਹਿੰਦੇ ਸੁੱਖੀ ਕੋਸ਼ਿਸ਼ ਕੀਤੀ ਸੀ ਤੇ ਫਿਰ ਉਦੋਂ ਮੈਂ ਬਦਲ ਗਈ। ਆਹ ਜਵਾਬ ਸੀ। ਕੋਈ ਧਾਰਮਿਕ ਅੜਿੱਕਾ ਤਾਂ ਹੈ ਨਹੀਂਗਾ? ਧਾਰਮਿਕ ਅੜਿੱਕਾ ਕੋਈ ਵੀ ਨਹੀਂ, ਕਿਤੇ ਲਿਖਿਆ ਗੁਰੂ ਗ੍ਰੰਥ ਸਾਹਿਬ, ਦੱਸ ਦਿਓ ਕਿੱਥੇ ਲਿਖਿਆ ਵੀ ਬੰਦੇ ਸਿਰਫ ਬੰਦੇ ਕੀਰਤਨ ਕਰ ਸਕਦੇ, ਔਰਤਾਂ ਨਹੀਂ ਕਰ ਸਕਦੀਆਂ? ਜਾਂ ਉੱਥੇ ਇਹ ਲਿਖਿਆ ਵੀ ਆਹੀ ਰਾਗੀ ਕਰ ਸਕਦੇ, ਆਹ ਰਾਗ ਜਿਹਨਾਂ ਨੂੰ ਆਉਂਦੇ ਹੋਣ? ਕੋਈ ਕੁਆਲੀਫਿਕੇਸ਼ਨ ਤਾਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਨਾ ਲਿਖੀ ਵੀ ਆਹ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਰਾਗੀ? ਇਹ ਤਾਂ ਆਪ ਬਣਾਈ ਹੈ, ਆਪੇ ਆਪਦਾ ਕੰਸਟੀਟਿਊਸ਼ਨ ਬਣਾਈ ਫਿਰਦੇ, ਆਪੇ ਹੀ ਆਪਦਾ ਸੰਵਿਧਾਨ ਬਣਾਈ ਫਿਰਦੇ, ਸੈਲਫ ਮੇਡ ਆ ਸਾਰਾ ਕੁਛ। ਹੁਣ ਮੈਂ ਇੱਕ ਮਿੰਟ, ਉੱਥੇ ਗਈ ਹਾਂ ਮੈਂ ਅਯੋਧਿਆ, ਆ ਥੈਲਾ ਦੇਖਿਆ, ਆਹ ਦੇਖ ਲਓ ਸਾਰਾ ਇਹਦੇ ਵਿੱਚ ਕਿਤਾਬਾਂ ਦਾ ਭਰਿਆ। ਦੋ ਥੈਲੇ ਸੀ ਮੇਰੇ ਕੋਲ, ਮੈਂ ਪ੍ਰਸ਼ਾਦ ਵੰਡਤਾ ਸਾਰਾ। ਉਹਨਾਂ ਨੇ ਆਪਣਾ ਲਿਟਰੇਚਰ ਪਾਇਆ ਇਹਦੇ 'ਚ, ਏ ਟੂ ਜੈਡ ਰਮਾਇਣ ਦੀ ਵਿਆਖਿਆ ਇੰਗਲਿਸ਼ ਟਰਾਂਸਲੇਸ਼ਨ ਕੀਤਾ। ਕੀ ਗੱਲ ਕੀ, ਆਪਣੇ ਐਸ ਜੀ ਪੀ ਸੀ ਵਾਲੇ ਨਹੀਂ ਇਹ ਕਰ ਸਕਦੇ? ਲਿਟਰੇਚਰ ਨਹੀਂ ਵੰਡ ਸਕਦੇ? ਸਕੂਲ ਨਹੀਂ ਖੋਲ੍ਹ ਸਕਦੇ? ਮੈਨੂੰ ਲੱਗਦਾ ਕਿ ਇਹ ਤਾਂ ਸ਼ਾਇਦ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਆ, ਸਾਡਾ ਤਾਂ ਸਭ ਤੋਂ ਲੇਟੈਸਟ ਧਰਮ ਹੈ, 400-500 ਸਾਲ ਕੋਈ ਬਾਹਲਾ ਨਹੀਂ ਹੁੰਦਾ। 400-500 ਸਾਲ ਦੇ ਧਰਮ ਦੇ ਵਿੱਚ ਹੀ ਅਨੇਕਾਂ ਤਰ੍ਹਾਂ ਦੀ ਕਨਫਿਊਜ਼ਨ ਨੇ, ਉਹਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਸਾਡੇ ਸਿੱਖ ਬੁੱਧੀਜੀਵੀ ਜਾਂ ਸਾਡੇ ਇਤਿਹਾਸਕਾਰ ਉਹ ਕਿੱਥੇ ਨੇ? ਸਾਰਾ ਧਰਮ ਸਨਾਤਨ ਧਰਮ ਚੋਂ ਨਿਕਲਿਆ, ਇਹ 'ਚ ਕੋਈ ਦੋ ਰਾਏ ਨਹੀਂ, ਤੇ ਸਾਨੂੰ ਮੰਨਣ 'ਚ ਕੀ ਹਰਜ? ਜਿਹੜੇ ਸਿੱਖ ਆ ਉਹ ਤਾਂ ਉਦੋਂ ਬਾਅਦ 'ਚ ਹੀ ਬਣੇ, ਉਦੋਂ ਬਾਅਦ 'ਚ ਈਸਾਈ ਵੀ ਇਸਲਾਮ ਨਹੀਂ। ਪਰ ਅਸੀਂ ਆਪਦਾ ਸਾਂਭ ਕਿਉਂ ਨਹੀਂ ਸਕੇ? ਸਾਡੇ ਸਥਾਨ ਨਹੀਂ ਸੰਭੇ, ਅਸੀਂ ਉਹ ਢਾ ਕੇ ਨਵੇਂ ਪੱਥਰ ਲਾ ਲਏ? ਉਹਦੀ ਵਜ੍ਹਾ ਰਾਜਨੀਤੀ, ਜਿਹੜਾ ਆਉਂਦਾ ਪੱਥਰ ਢਾਉਂਦਾ ਲਾਉਂਦਾ। ਆ ਬਾਦਲ ਨੇ ਬਣਾਈਆਂ ਸੀਗੀਆਂ ਦੁਆਰਾਂ ਦੁਆਰਾਂ ਜਿਹੜੀਆਂ ਉੱਥੇ ਬਣਾਈਆਂ ਸੀ, ਉਹ ਵੀ ਰਾਜਨੀਤੀ ਕਰਕੇ ਬਣਾਈਆਂ ਸੀ। ਠੰਡਾ ਬੁਰਜ ਕਹਿੰਦੇ, ਮਤਲਬ ਸੋਚਦਾ ਤੁਸੀਂ ਵੀ ਦੇਖਿਆ ਹੋਵੇ, ਜਿਹੜਾ ਅਸਲੀ ਸੀ ਥੋੜਾ ਸੀ ਪੁਰਾਣਾ। ਹਾਂ, ਉਹਨੂੰ ਕੀ ਲੋੜ ਸੀ ਢਾਉਣ ਦੀ? ਉਸੇ ਨੂੰ ਪ੍ਰਜ਼ਰਵ ਕਰ ਲੈਂਦੇ, ਕੱਚੀ ਗੜੀ ਨਹੀਂ ਰਹੀ, ਕੱਚੀ ਗੜੀ ਨਹੀਂ, ਕੁਛ ਨਹੀਂ ਰਹੀ। ਇਹ ਮਰਜ਼ੀਆਂ ਕਰਦੇ ਆ, ਵਿੱਚੋਂ ਫੰਡ ਖਾਣੇ ਹੁੰਦੇ, ਕਿਉਂਕਿ ਬਿਲਡਿੰਗ 'ਚੋਂ ਫੰਡ ਤਕੜਾ ਖਾਧਾ ਜਾਂਦਾ ਨਾ। ਥਾਂ ਥਾਂ 'ਤੇ ਬਿਲਡਿੰਗਾਂ ਬਣਾਈ, ਚੱਲੋ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਦੇ। ਅਸਲੀ ਵਿਰਸੇ ਨੂੰ ਤਾਂ ਖਰਾਬ ਕਰਤਾ ਨਾ ਇਹਨਾਂ ਨੇ। ਆਹ ਦੁੱਖ ਨਿਵਾਰਨ ਗੁਰਦੁਆਰੇ 'ਚ ਵੀ ਇਹੀ ਕੁਛ ਹੋਇਆ। ਸੋ ਲੋੜ ਹੈ, ਸਮੇਂ ਦੀ ਲੋੜ ਹੈ, ਕੋਈ ਕੋਈ ਮਤਲਬ ਸੰਸੀਅਰ ਐਂਡ ਸੀਰੀਅਸ ਪਾਰਟੀ ਆਵੇ ਨਾ, ਜਿਹੜੀ ਕਲਚਰ ਪ੍ਰਤੀ ਧਰਮ ਪ੍ਰਤੀ ਸੋਚੇ। ਤਾਂ ਆਪਣਾ ਧਰਮ ਤਾਂ ਗੁਰੂ ਗ੍ਰੰਥ ਸਾਹਿਬ ਤਾਂ ਸਾਰੇ ਗ੍ਰੰਥਾਂ 'ਚੋਂ ਵੱਡਾ ਗ੍ਰੰਥ ਹੈ, ਜਿਹੜੀਆਂ ਉਹਦੇ 'ਚ ਸਕੈਮਾਂ ਤਾਂ ਦੁਨੀਆਂ ਦੇ ਕਿਸੇ ਗ੍ਰੰਥ 'ਚ ਹੈ ਹੀ ਨਹੀਂ। ਅਬਦੁਲ ਕਲਾਮ ਨੇ ਵੀ ਮੰਨਿਆ ਰਾਸ਼ਟਰਪਤੀ ਸੀ ਜਿਹੜਾ, ਪਰ ਉਹਨੂੰ ਸਾਂਭਣ ਦਾ ਪਤਾ ਨਹੀਂ, ਰਾਜਨੀਤੀ ਕਰੀ ਜਾਂਦੇ ਉਹਦੇ 'ਤੇ। ਚਲੋ ਪੋਜ਼ਿਟਿਵ ਹੋ ਕੇ ਵਾਪਸ ਰਾਮ ਮੰਦਰ ਵਾਲੇ ਪਾਸੇ ਚੱਲਦੇ ਆ। ਆਖਿਰ ਦੇ ਵਿੱਚ ਕੀ ਕਹਿਣਾ ਚਾਹੋਗੇ? ਪੂਰਾ ਤੁਸੀਂ ਸਮਾਗਮ ਵੀ ਦੇਖਿਆ ਏ, ਤੁਸੀਂ ਉੱਥੇ ਰਾਮ ਲਲਾ ਦੇ ਦਰਸ਼ਨ ਵੀ ਕਰਿਆ ਏ, ਮੱਥਾ ਵੀ ਟੇਕ ਕੇ ਆਏ, ਸਮਾਗਮ ਦਾ ਵੀ VIP ਵਾਲਾ ਆਨੰਦ ਵੀ ਮਾਣਿਆ ਏ, ਇੱਜ਼ਤ ਮਾਣ ਵੀ ਲਿਆ ਏ, ਹੁਣ ਕੀ ਕਹੋਗੇ ਆਖਿਰ ਦੇ ਵਿੱਚ? ਕਿ ਅਗਰ ਇਹਦੇ ਬਾਰੇ ਆਪਾਂ ਥੋੜੇ ਸ਼ਬਦਾਂ 'ਚ ਬਰੀਫ ਕਰ ਲੈਂਦੇ, ਜਿਹੜਾ VVPI ਵਾਲਾ ਆਨੰਦ, ਤਾਂ ਵੇਖੋ ਮੇਰਾ ਕੈਬਨਿਟ ਮਿਨਿਸਟਰ ਦਾ ਰੈਂਕ ਲੈ ਚੁੱਕੀ, ਪਰ ਮੈਨੂੰ ਜੋ ਉੱਥੇ ਜਾ ਕੇ ਇੱਜ਼ਤ ਵਾਲਾ ਜੇ ਰੁਤਬਾ ਮੈਂ ਕਹਾਂ ਨਾ, ਉੱਥੇ ਹਰ ਇੱਕ ਦੀ ਰਿਸਪੈਕਟ ਕੀਤੀ ਗਈ। ਉੱਥੇ ਜਾ ਕੇ ਮੈਨੂੰ ਉਵੇਂ ਮਹਿਸੂਸ ਹੋਇਆ ਜਿਵੇਂ ਮੈਂ ਆਪਣੇ ਦਰਬਾਰ ਸਾਹਿਬ ਜਾਂਦੀ ਹਾਂ, ਕੁਛ ਦੇਰ ਬਾਅਦ ਸਮਥਿੰਗ ਡਿਫਰੈਂਟ, ਬਹੁਤ ਵਧੀਆ ਲੱਗਿਆ ਮੈਨੂੰ ਸਾਰਾ ਕੁਛ। ਅਤੇ ਬਹੁਤ ਮਾਣ ਇੱਜ਼ਤ ਕੀਤੀ ਉਹਨਾਂ ਨੇ, ਵੰਡਰਫੁੱਲ ਨਜ਼ਾਰਾ ਸੀ, ਵਧੀਆ ਖੁਸ਼ ਵਾਪਸ ਆਈ ਹਾਂ। ਮੈਂ ਵੀ ਰਾਮ ਦੇ ਰੰਗ ਵਿੱਚ ਰੰਗੀ ਗਈ ਸੀ ਅਤੇ ਹੁਣ ਮੈਂ ਛੇਤੀ ਰਾਮ ਦਾ ਇੱਕ ਭਜਨ ਵੀ ਤਿਆਰ ਕਰ ਰਹੀ ਹਾਂ, 7-8 ਦਿਨਾਂ 'ਚ ਮੈਂ ਰਿਲੀਜ਼ ਕਰੂੰਗੀ। ਹਾਂਜੀ, ਰਾਮ ਨਾਮ ਸੇ ਸਾਰਾ ਆਲਮ
ਰਾਮ ਨਾਮ ਸੇ ਸਾਰਾ ਆਲਮ ਝੂਮ ਰਹਾ ਹੈ, ਰਾਮ ਨਾਮ ਸੇ ਸਾਰਾ ਆਲਮ ਝੂਮ ਰਹਾ ਹੈ, ਮੇਰਾ ਮਨ ਵੀ ਅੱਜ ਅਯੋਧਿਆ ਘੁੰਮ ਰਹਾ ਹੈ। ਸ਼੍ਰੀ ਰਾਮ ਸ਼੍ਰੀ ਰਾਮ ਸ਼੍ਰੀ ਰਾਮ, ਜੈ ਜੈ ਰਾਮ ਜੈ ਜੈ ਰਾਮ ਜੈ ਜੈ ਰਾਮ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਸੁੱਖੀ ਬਰਾੜ ਹੋਣੀ ਇਕਲੌਤੀ ਮਹਿਲਾ ਗੈਸਟ ਕਹਾਂਗੇ ਜਿਹੜੇ ਜਾ ਕੇ ਆਏ ਨੇ ਅਯੋਧਿਆ ਦੇ ਰਾਮ ਮੰਦਿਰ ਵਿਖੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਵਿੱਚ ਪਹੁੰਚੇ, ਉੱਥੇ ਹਿੱਸਾ ਲਿਆ ਔਰ ਉੱਥੋਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ, ਕੁਝ ਚੰਗੀਆਂ ਚੰਗੇ ਸੁਨੇਹੇ ਲੈ ਕੇ ਆਏ ਨੇ। ਔਰ ਕੁੱਲ ਮਿਲਾ ਕੇ ਕਿਉਂਕਿ ਬੇਸ਼ੱਕ ਇਹ ਸਿੱਖ ਧਰਮ ਨਾਲ ਸੰਬੰਧ ਰੱਖਦੇ ਨੇ, ਪਰ ਸਾਡਾ ਧਰਮ ਵੀ ਸਾਡੇ ਗੁਰੂਆਂ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ, ਪਰ ਨਾਲ ਹੀ ਕਹਿੰਦੇ ਨੇ ਕਿ ਆਪਣੇ ਧਰਮ 'ਚ ਪੱਕੇ ਰਹੋ, ਸਤਿਕਾਰ ਸਾਰੇ ਧਰਮਾਂ ਦਾ ਕਰੋ। ਤਾਂ ਐਸੀਆਂ ਕੁਝ ਚੰਗੀਆਂ ਗੱਲਾਂ ਬਾਤਾਂ ਇਹ ਵੀ ਉੱਥੋਂ ਲੈ ਕੇ ਆਏ ਨੇ। ਤਾਂ ਕਈ ਤਰ੍ਹਾਂ ਦੇ ਮਸਲੇ ਉਲਝੇ ਹੋਏ ਵੀ ਨੇ, ਆਸ ਕਰਦੇ ਹਾਂ ਕਿ ਧਰਮ ਦੇ ਨਾਂ 'ਤੇ ਅਗਰ ਉਲਝਣਾਂ ਜਿਹੜੀਆਂ ਨੇ ਉਹ ਖਤਮ ਹੋਣ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਹਾਲੀ।